सब तो पहला तुहाडा धन्नवाद कि तुसी जिहड़ा है नौजवानों विदेश दे विच जिहड़ा अज प्रवास हो रहा उन्हूं रोकण नूं लैके जिहड़ा तुसी सवाल किया और जिथों तक मैं समझदा कि अज दी जिहड़ी पंजाब दी यूथ है करीब करीब लास्ट आपां डाटा चुकीए पिछले एक साल का तो 1 लाख के करीब जिहड़ा बच्चा इत्थों शिफ्ट होकर कनाडा कनी जां होर जिहड़े डिफरेंट यूरोप दे कंट्रीज़ ने उन्हां वल गया और इत्थों दे जिहड़े हालात बनते जा रहे ने पंजाब दे ते उहदे नाल जिथों तकर यूथ दे विच जिहड़ी निराशा दा आलम जिहड़ा नज़र आ रहा और उस चीज़ तो बचण दे लई उह विदेशां दे वल जा रहे ने ते विदेशां दे विच जो उत्थे उन्हां दी जिहड़ा हालत हो रही है जो उत्थे उन्हां दे नाल बिहेव हो रहा बड़ा तरसयोग है उत्थे ते मैनूं लगदा कि जिन्नी जल्दी दे नाल इह जिहड़ी यूथ हैगी आ विदेशां कनी जा रही है उन्नी जल्दी जिहड़ी है इन्हां नूं वापस अपने जिहड़े होम टाउन ने जां जिहड़ा सेंटर पंजाब है इत्थे वापस आना पऊगा और जिथों तकर नौजवानां दी गल है कि क्यों जा रहे ने कुछ क नौजवान जिहड़े ने उह अपनी जिहड़ी मजबूरियां ने उन्हां दे दाब हेठ जा रहे ने ते कुछ जिहड़े नौजवान ने उह पंजाब तों जिन्हां दे उत्ते भू सवार होया जिन्हां दी इकनोमिक कंडीशन जिहड़ी बहुत स्ट्रोंग है उह वी उन्हां दे पिछे लग के जा रहे ने और ਜਿਹੜਾ ਅੱਜ ਦਾ ਸੈਮੀਨਾਰ ਰਿਹਾ ਇਹ ਅਕਾਲੀ ਗੁਰਦੁਆਰਾ ਸਾਹਿਬ ਲਹਿਰ 'ਤੇ ਕਰਵਾਇਆ ਗਿਆ ਹੈ ਅਤੇ ਇਹਦਾ ਮੇਨ ਪਰਪਸ ਸੀ ਕਿ ਇਸ ਲਹਿਰ ਦੇ ਵਿੱਚ ਇਹਦਾ ਇਸ ਲਹਿਰ ਦਾ ਕੀ ਯੋਗਦਾਨ ਰਿਹਾ ਹੈ ਫੋਰ ਐਗਜ਼ਾਮਪਲ ਜਿਵੇਂ ਨਨਕਾਣਾ ਸਾਹਿਬ ਦਾ ਮੋਰਚਾ ਹੋ ਗਿਆ ਜੈਤੋ ਦਾ ਮੋਰਚਾ ਹੋ ਗਿਆ ਅਤੇ ਈਵਨ ਕਿ ਇਸ ਲਹਿਰ ਨੇ ਇੰਡੀਅਨ ਫਰੀਡਮ ਸਰਕਲ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ ਅਤੇ ਮੈਂ ਇਹ ਮੰਨਦਾ ਹੈ ਕਿ ਇਸ ਲਹਿਰ ਦਾ ਪੂਰੇ ਵਰਲਡ ਦੇ ਵਿੱਚ ਅੱਜ ਵੀ ਈਵਨ ਕਿਹਦਾ ਪ੍ਰਭਾਵ ਹੈਗਾ ਹੈ ਅਕਾਲੀ ਲਹਿਰ ਦਾ ਸੋ ਇਹਨੇ ਇੱਕ ਇੰਡੀਅਨ ਹਿਸਟਰੀ ਦੇ ਵਿੱਚ ਇੱਕ ਰੈਵੋਲੂਸ਼ਨ ਲੈ ਕੇ ਆਈ ਫੋਰ ਐਗਜ਼ਾਮਪਲ ਪੋਲੀਟੀਕਲ ਖੇਤਰ ਦੇ ਵਿੱਚ ਮੀਨਸ ਪੋਲੀਟੀਕਲ ਖੇਤਰ ਦੇ ਵਿੱਚ ਰਾਜਨੀਤੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਹਦਾ ਅਕਾਲੀ ਲਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਅੱਜ ਵੀ ਸਮਾਜ ਦੇ ਵਿੱਚ ਅਕਾਲੀ ਲਹਿਰ ਦਾ ਜਿਹੜਾ ਯੋਗਦਾਨ ਬਹੁਤ ਵੱਡਾ ਹੈ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਗਵਰਨਮੈਂਟ ਗਰਲਜ਼ ਕਾਲਜ ਗੁਰੂ ਕਾ ਖੂਹ ਮੁੰਨੇ ਵਿਖੇ ਅੱਜ ਮੈਡਮ ਪ੍ਰਿੰਸੀਪਲ ਅਤੇ ਡਾਕਟਰ ਪੁਸ਼ਪਾ ਜੀ ਦੀ ਅਗਵਾਈ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਦਾ ਜਿਹੜਾ ਮੇਨ ਥੀਮ ਸੀ ਉਹ ਗੁਰਦੁਆਰਾ ਸੁਧਾਰ ਅੰਦੋਲਨ ਨੂੰ ਲੈ ਕੇ ਸੀਗਾ ਸੋ ਗੁਰਦੁਆਰਾ ਸੁਧਾਰ ਅੰਦੋਲਨ ਦੇ ਵਿੱਚ ਕਿਸ ਤਰ੍ਹਾਂ ਕਿਹੜੀਆਂ ਕਿਹੜੀਆਂ ਮੂਵਮੈਂਟਸ ਹੋਈਆਂ ਉਹਦਾ ਕੀ ਇੰਪੈਕਟ ਸੀਗਾ ਇੰਡੀਅਨ ਫਰੀਡਮ ਮੂਵਮੈਂਟ ਦੇ ਉੱਪਰ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜੀ ਇਸ ਮੂਵਮੈਂਟ ਨੇ SGPC ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਨਮ ਦਿੱਤਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਖ ਵੱਖ ਬੁਲਾਰਿਆਂ ਵੱਲੋਂ ਜਿਹੜਾ ਇਹ ਸੈਮੀਨਾਰ ਦੇ ਵਿੱਚ ਆਪਣਾ ਵਿਚਾਰ ਪੇਸ਼ ਕੀਤੇ ਆ ਸੋ ਮੇਰੇ ਵੱਲੋਂ ਵੀ ਸਾਕਾ ਪੰਜਾ ਸਾਹਿਬ ਦੀ ਜਿਹੜੀ ਮੂਵਮੈਂਟ ਸੀਗੀ ਉਹਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਪ੍ਰਗਟ ਕੀਤੇ ਹਾਂਜੀ ਗੁੱਡ ਆਫਟਰਨੂਨ ਐਵਰੀਬਡੀ ਮੈਂ ਗੁਰੂ ਕਾ ਖੂਹ ਮੁੰਨੇ ਦੀ ਪ੍ਰਿੰਸੀਪਲ ਬੋਲ ਰਹੀ ਹਾਂ ਗੀਤਾਂਜਲੀ ਸ਼ਰਮਾ ਅੱਜ ਅਸੀਂ ਆਪਣੇ ਕਾਲਜ ਦੇ ਵਿੱਚ ਇੱਕ 1 ਡੇ ਸੈਮੀਨਾਰ ਦਾ ਆਯੋਜਨ ਕੀਤਾ ਹੈ ਹਿਸਟਰੀ ਡਿਪਾਰਟਮੈਂਟ ਨੇ ਜਿਸ ਦੇ ਵਿੱਚ ਸਾਡਾ ਟੌਪਿਕ ਜਿਹੜਾ ਹੈਗਾ ਹੈ ਉਹ ਗੁਰਦੁਆਰਾ ਰਿਫੋਰਮ ਦੇ ਉੱਪਰ ਹੈ ਇਸ ਦੇ ਵਿੱਚ ਸਾਡੇ ਕਾਲਜ ਦੇ ਵਿੱਚ ਬਹੁਤ ਅੱਛੀਆਂ ਅੱਛੀਆਂ 3 ਸ਼ਖਸੀਅਤਾਂ ਜਿਹੜੀਆਂ ਹੈ ਉਹ ਆਈਆਂ ਸੀਗੀਆਂ ਅਤੇ ਉਹਨਾਂ ਨੇ ਬੱਚਿਆਂ ਨੂੰ ਆਪਣੇ ਬਹੁਤ ਹੀ ਅੱਛੇ ਵਿਚਾਰ ਉਹਨਾਂ ਨੇ ਬੱਚਿਆਂ ਨਾਲ ਆਪਣੇ ਅੱਛੇ ਬਹੁਤ ਅੱਛੇ ਵਿਚਾਰ ਸਾਂਝੇ ਕੀਤੇ ਅਤੇ ਬੱਚਿਆਂ ਨੇ ਬਹੁਤ ਨੌਲੇਜ ਗੇਨ ਕੀਤੀ ਐਂਡ ਦ ਸਟੂਡੈਂਟਸ ਵਰ ਵੈਰੀ ਹੈਪੀ ਸੋ ਇਸ ਕਰਕੇ ਗੁਰੂ ਕਾ ਖੂਹ ਮੁੰਨੇ ਦੇ ਵਿੱਚ ਅੱਜ ਅਸੀਂ ਜਿਸ ਦੇ ਵਿੱਚ ਬੱਚਿਆਂ ਨੂੰ ਅਸੀਂ ਪਾਰਟੀਸੀਪੇਸ਼ਨ ਸਰਟੀਫਿਕੇਟ ਵੀ ਦੇਵਾਂਗੇ ਅਤੇ ਬੱਚਿਆਂ ਨੂੰ ਅਸੀਂ ਉਹਨਾਂ ਦੇ ਨੌਲੇਜ ਗੇਨ ਦੇ ਲਈ ਵੀ ਜਿਹੜਾ ਇਹ ਸੈਮੀਨਾਰ ਹੈ ਹਿਸਟਰੀ ਡਿਪਾਰਟਮੈਂਟ ਨੇ ਕੰਡਕਟ ਕੀਤਾ ਹੈ ਥੈਂਕ